ਇਹ ਜੀ ਕੋਈ ਮੰਗੂ ਮੱਟ ਮੇਰਾ ਬੱਚਾ ਵਾ, ਉਹ ਕਿਸੇ ਕੰਮ ਕਾਰਨ ਇੱਥੇ ਕੱਲ੍ਹ ਆਇਆ ਸੀਗਾ, ਉਹਨੂੰ ਹਨੇਰਾ ਹੋ ਗਿਆ ਅਤੇ ਗੁਰਦੁਆਰੇ ਦੇ ਵਿੱਚ ਠਹਿਰ ਗਿਆ ਅਤੇ ਇੱਕ ਬੰਦਾ ਬੇਅਦਬੀ ਕਰਨ ਦੇ ਇਰਾਦੇ 'ਚ ਆਇਆ, 10:10 'ਤੇ ਉਹ ਆ ਕੇ ਬਾਥਰੂਮ ਦੇ ਵਿੱਚ ਲੁੱਕ ਗਿਆ, ਬਾਥਰੂਮ ਦੇ ਵਿੱਚ ਲੁਕਿਆ ਅਤੇ ਰਾਤ ਨੂੰ ਕਿਤੇ ਮੰਗੂ ਮੱਟ ਨੇ ਦੇਖ ਲਿਆ, ਮੰਗੂ ਨੇ ਉਹ ਦੇਖਿਆ ਤਾਂ ਉਹ ਗੁਰੂ ਘਰ ਦੀ ਬੇਅਦਬੀ ਕਰਨ ਭੱਜਿਆ ਅਤੇ ਉਹ ਮੂਹਰੇ ਮੰਗੂ ਹੋਇਆ ਅਤੇ ਉਹਦੇ 'ਤੇ ਅਟੈਕ ਕੀਤਾ, ਉਹਨੇ ਅਟੈਕ ਕੀਤਾ ਅਤੇ ਜਦੋਂ ਉਹਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਉਹਨੇ ਪੁੱਛਿਆ ਕੀ ਗੱਲ ਹੋਈ ਆ ਕੀ ਨਹੀਂ ਹੋਈ, ਉਹ ਕਹਿੰਦਾ ਵੀ ਮੈਂ ਤਾਂ ਤੁਹਾਡਾ ਧਰਮ ਹੈ, ਸਾਡਾ ਧਰਮ ਹੋਰ ਆ, ਤੁਹਾਡਾ ਧਰਮ ਹੋਰ ਆ, ਐਂ ਕਹਿੰਦਾ ਸੀਗਾ। ਉਹਦੇ ਕਾਰਨ ਦੇ ਵਿੱਚ ਉਹਨੂੰ ਫੜਿਆ ਗਿਆ, ਫੜ ਕੇ ਉਹਨੇ ਗੱਲਾਂ ਬਾਤਾਂ ਕੀਤੀਆਂ ਅਤੇ ਉਹ ਫਿਰ ਭੱਜਿਆ, ਭੱਜ ਭੁੱਜ ਕੇ ਫਿਰ ਇਹਨਾਂ ਨੇ ਅਟੈਕ ਕੀਤਾ ਉਹਦੇ 'ਤੇ, ਮੰਗੂ ਮੱਟ 'ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੰਗੂ ਮੱਟ ਨੂੰ ਉਹਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਗਿਆ। ਅਮਰਜੀਤ ਸਿੰਘ ਕੀ ਲੱਗਦੇ ਤੁਹਾਡੇ ਜਿਹੜੇ ਮੰਗੂ ਮੱਟ ਮੇਰਾ ਬੱਚਾ ਲੱਗਦਾ ਜੀ, ਕਿੱਦਾਂ ਰੁਕੇ ਸੀ ਇੱਥੇ, ਰਾਤ ਰੁਕੇ ਸੀ? ਉਹ ਰਾਤ ਰੁਕਿਆ ਸੀਗਾ ਅਤੇ ਮੈਨੂੰ ਉਹਨੇ ਕੱਲ੍ਹ ਕਿਹਾ ਸੀ ਵੀ ਮੈਂ ਇੱਥੇ ਫਗਵਾੜੇ, ਮੈਨੂੰ ਲੇਟ ਹੋ ਗਿਆ ਤਾਂ ਮੈਂ ਇੱਥੇ ਰੁਕਣਾ, ਮੈਂ ਕਿਹਾ ਕੋਈ ਗੱਲ ਨਹੀਂ ਤੂੰ ਰੁਕ ਜਾ। ਠੀਕ ਹੈ ਬਾਬਾ ਜੀ, ਹੁਣ ਕੀ ਮੰਗ ਕਰਦੇ ਆ? ਮੰਗ ਕਰਦੇ ਹਾਂ ਜੀ, ਪ੍ਰਸ਼ਾਸਨ ਇਹ ਗੱਲਾਂ ਨੂੰ ਹਟਾਵੇ, ਬੇਅਦਬੀਆਂ ਨੂੰ ਰੋਕੇ ਅਤੇ ਉਹਦੇ 'ਤੇ ਜਾਣੀ ਕਿ ਨਿਗਰਾਨੀ ਰੱਖੇ, ਕਿਉਂ ਹੁੰਦੀਆਂ ਨੇ, ਕਿਹੜਾ। ਉਹਨੇ ਇਹ ਵੀ ਕਿਹਾ ਵੀ ਮੈਨੂੰ 3,000-3,500 ਰੁਪਈਆ ਕਿਸੇ ਨੇ ਦਿੱਤਾ, ਠੀਕ ਆ, ਅਤੇ ਉਹਨੇ ਕਿਸੇ ਦਾ ਨੰਬਰ ਵੀ ਦਿੱਤਾ ਵੀ ਜਿਹਨੇ ਬੇਅਦਬੀ ਕਰਨ ਨੂੰ ਕਿਹਾ ਸੀਗਾ, ਉਹਦਾ ਨੰਬਰ ਵੀ ਦਿੱਤਾ ਵਾ ਅਤੇ ਉਹ ਪੁਲਿਸ ਨੂੰ ਦੇ ਦਿੱਤਾ ਗਿਆ ਨੰਬਰ ਉਹਦਾ, ਠੀਕ ਆ। ਇਹ ਬੇਅਦਬੀਆਂ ਜਾਣ ਬੁੱਝ ਕੇ ਉਹ ਪੈਸੇ ਉਹਨੂੰ ਦਿੱਤੇ ਗਏ ਸੀਗੇ, ਬਾਅਦ ਦੇ ਵਿੱਚ ਉਹਨੂੰ ਕਮਲਾ ਕਰਾਰ ਦੇ ਦਿੱਤਾ ਕਿ ਜਾਂਦਾ ਵੀ ਇਹ ਕਮਲਾ ਵਾ, ਕਮਲਾ ਕੁਮਲਾ ਕੋਈ ਨਹੀਂ ਹੁੰਦਾ ਹੈਗਾ, ਠੀਕ ਆ। ਉਹ ਸਿਰਫ ਇੱਕ ਸਾਜਿਸ਼ ਹੁੰਦੀ ਆ, ਸਾਜਿਸ਼ ਦੇ ਤਹਿਤ ਸਾਡੇ ਅਟੈਕ ਗੁਰੂ ਅਤੇ ਧਰਮ 'ਤੇ ਅਟੈਕ ਕੀਤਾ ਜਾਂਦਾ ਔਰ ਸਾਨੂੰ ਜਾਣੀ ਕਿ ਬਦਨਾਮ ਕੀਤਾ ਜਾਂਦਾ। ਉਸ ਗੁਰੂ ਦੇ ਅੰਗ ਪਹਿਲਾਂ ਵੀ ਪਾੜੇ ਗਏ ਆ ਨਾਲੀਆਂ ਦੇ ਵਿੱਚ, ਕਿੰਨਾ ਚਿਰ ਹੋ ਗਿਆ ਸਿੱਟੇ ਗਏ ਆ, ਠੀਕ ਆ। ਉਹਦੇ ਕਰਕੇ ਹੁਣ ਤੱਕ ਇਹ ਬੇਅਦਬੀਆਂ ਜਿਹੜੀਆਂ ਨਹੀਂ ਰੁਕਦੀਆਂ, ਇਹਦੇ 'ਤੇ ਹੁਣ ਸਖ਼ਤ ਕਾਰਵਾਈ ਕਰਨ ਦੀ ਕੋਸ਼ਿਸ਼ ਸਾਡੀ ਜਾਰੀ ਆ, ਕਿਉਂਕਿ ਇੱਕ ਅਸੀਂ ਉਹ ਆਪਣੀ ਬਾਈ ਆ ਟੀਮ ਬਣਾਈ ਆ, ਉਹ ਟੀਮ ਬਣਾਈ ਆ ਬੇਅਦਬੀਆਂ ਖਾਤਰ। ਜਿਹੜਾ ਬੰਦਾ ਬੇਅਦਬੀਆਂ ਕਰੂਗਾ ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ, ਠੀਕ ਆ ਜੀ। ਜੇ ਉਹ ਐਕਣ ਹਟਣ ਨਹੀਂ ਹਟਣਗੇ ਬੇਅਦਬੀਆਂ ਕਰਨ, ਫਿਰ ਭਾਈ ਉਹਨਾਂ ਦੇ 'ਤੇ ਤੁਹਾਨੂੰ ਪਤਾ ਹੀ ਆ, ਸੋਧਾ ਤਾਂ ਫਿਰ ਲੱਗਣਾ ਹੀ ਲੱਗਣਾ ਵਾ। ਜਦੋਂ ਸੈਲਫ ਡਿਫੈਂਸ ਦੇ ਜਦ ਸਾਡੇ 'ਤੇ ਮਾਰਨ ਦੀ ਕੋਸ਼ਿਸ਼ ਕਰਨਗੇ, ਸਾਡੇ ਅੰਗ ਪਾਰਨ ਗੁਰੂ ਦੇ ਅੰਗ ਪਾਰਨ ਦੀ ਕੋਸ਼ਿਸ਼ ਕਰਨਗੇ, ਫਿਰ ਤੋਂ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਜਾਵੇ। ਗੁਰੂ ਤਾਂ ਸਾਡਾ ਜਿਉਂਦਾ ਵਾ, ਕਿਉਂਕਿ 11ਵਾਂ ਗੁਰੂ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ। ਜੇ ਉਹਦੇ 'ਤੇ ਪਿਓ 'ਤੇ ਕੋਈ ਅਟੈਕ ਕਰੇ ਤਾਂ ਬੱਚਾ ਕੀ ਕਰੂ, ਦੇਖਦਾ ਰਹੂਗਾ ਕਿਹੜਾ, ਠੀਕ ਆ ਕਿ ਨਹੀਂ। ਇਹ ਜੀ ਕੋਈ ਮੰਗੂ ਮੱਟ ਮੇਰਾ ਬੱਚਾ ਵਾ, ਉਹ ਕਿਸੇ ਕੰਮ ਕਾਰਨ ਇੱਥੇ ਕੱਲ੍ਹ ਆਇਆ ਸੀਗਾ, ਉਹਨੂੰ ਹਨੇਰਾ ਹੋ ਗਿਆ ਅਤੇ ਗੁਰਦੁਆਰੇ ਦੇ ਵਿੱਚ ਠਹਿਰ ਗਿਆ, ਠਹਿਰ ਗਿਆ ਅਤੇ ਇੱਕ ਬੰਦਾ ਬੇਅਦਬੀ ਕਰਨ ਦੇ ਇਰਾਦੇ 'ਚ ਆਇਆ, 10:10 'ਤੇ ਉਹ ਆ ਕੇ ਬਾਥਰੂਮ ਦੇ ਵਿੱਚ ਲੁੱਕ ਗਿਆ, ਬਾਥਰੂਮ ਦੇ ਵਿੱਚ ਲੁਕਿਆ ਅਤੇ ਰਾਤ ਨੂੰ ਕਿਤੇ ਮੰਗੂ ਮੱਟ ਨੇ ਦੇਖ ਲਿਆ, ਮੰਗੂ ਨੇ ਉਹ ਦੇਖਿਆ ਤਾਂ ਉਹ ਗੁਰੂ ਘਰ ਦੀ ਬੇਅਦਬੀ ਕਰਨ ਭੱਜਿਆ ਅਤੇ ਉਹ ਮੂਹਰੇ ਮੰਗੂ ਹੋਇਆ ਅਤੇ ਉਹਦੇ 'ਤੇ ਅਟੈਕ ਕੀਤਾ, ਉਹਨੇ ਅਟੈਕ ਕੀਤਾ ਅਤੇ ਜਦੋਂ ਉਹਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਉਹਨੇ ਪੁੱਛਿਆ ਕੀ ਗੱਲ ਹੋਈ ਆ ਕੀ ਨਹੀਂ ਹੋਈ, ਉਹ ਕਹਿੰਦਾ ਵੀ ਮੈਂ ਤਾਂ ਤੁਹਾਡਾ ਧਰਮ ਹੈ, ਸਾਡਾ ਧਰਮ ਹੋਰ ਆ, ਤੁਹਾਡਾ ਧਰਮ ਹੋਰ ਆ, ਐਂ ਕਹਿੰਦਾ ਸੀਗਾ। ਉਹਦੇ ਕਾਰਨ ਦੇ ਵਿੱਚ ਉਹਨੂੰ ਫੜਿਆ ਗਿਆ, ਫੜ ਕੇ ਉਹਨੇ ਗੱਲਾਂ ਬਾਤਾਂ ਕੀਤੀਆਂ ਅਤੇ ਉਹ ਫਿਰ ਭੱਜਿਆ, ਭੱਜ ਭੁੱਜ ਕੇ ਫਿਰ ਇਹਨਾਂ ਨੇ ਅਟੈਕ ਕੀਤਾ ਉਹਦੇ 'ਤੇ, ਮੰਗੂ ਮੱਟ 'ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੰਗੂ ਮੱਟ ਨੂੰ ਉਹਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਗਿਆ। ਅਮਰਜੀਤ ਸਿੰਘ ਕੀ ਲੱਗਦੇ ਤੁਹਾਡੇ ਜਿਹੜੇ ਮੰਗੂ ਮੱਟ?
ਮੰਗੂ ਭੱਟ ਮੇਰਾ ਬੱਚਾ ਲੱਗਦਾ ਜੀ। ਕਿੱਦਾਂ ਰੁਕੇ ਸੀ ਇੱਥੇ, ਰਾਤ ਰੁਕੇ ਸੀ? ਉਹ ਰਾਤ ਰੁਕਿਆ ਸੀਗਾ ਅਤੇ ਮੈਨੂੰ ਉਹਨੇ ਕੱਲ੍ਹ ਕਿਹਾ ਸੀ ਵੀ ਮੈਂ ਇੱਥੇ ਫਗਵਾੜੇ, ਮੈਨੂੰ ਲੇਟ ਹੋ ਗਿਆ ਤਾਂ ਮੈਂ ਇੱਥੇ ਰੁਕਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਰੁਕ ਜਾ। ਠੀਕ ਹੈ ਬਾਬਾ ਜੀ, ਹੁਣ ਕੀ ਮੰਗ ਕਰਦੇ ਆ? ਮੰਗ ਕਰਦੇ ਹਾਂ ਜੀ, ਪ੍ਰਸ਼ਾਸਨ ਇਹ ਗੱਲਾਂ ਨੂੰ ਹਟਾਵੇ, ਬੇਅਦਬੀਆਂ ਨੂੰ ਰੋਕੇ ਅਤੇ ਉਹਦੇ 'ਤੇ ਜਾਣੀ ਕਿ ਨਿਗਰਾਨੀ ਰੱਖੇ, ਕਿਉਂ ਹੁੰਦੀਆਂ ਨੇ, ਕਿਹੜਾ। ਉਹਨੇ ਇਹ ਵੀ ਕਿਹਾ ਵੀ ਮੈਨੂੰ 3-3.5 ਹਜ਼ਾਰ ਰੁਪਈਆ ਕਿਸੇ ਨੇ ਦਿੱਤਾ। ਠੀਕ ਆ, ਅਤੇ ਉਹਨੇ ਕਿਸੇ ਦਾ ਨੰਬਰ ਵੀ ਦਿੱਤਾ ਵੀ ਜਿਹਨੇ ਬੇਅਦਬੀ ਕਰਨ ਨੂੰ ਕਿਹਾ ਸੀਗਾ, ਉਹਦਾ ਨੰਬਰ ਵੀ ਦਿੱਤਾ ਵਾ, ਅਤੇ ਉਹ ਪੁਲਿਸ ਨੂੰ ਦੇ ਦਿੱਤਾ ਗਿਆ ਨੰਬਰ ਉਹਦਾ। ਠੀਕ ਆ, ਇਹ ਬੇਅਦਬੀਆਂ ਜਾਣ ਬੁੱਝ ਕੇ ਪੈਸੇ ਉਹਨੂੰ ਦਿੱਤੇ ਗਏ ਸੀਗੇ, ਬਾਅਦ ਦੇ ਵਿੱਚ ਉਹਨੂੰ ਕਮਲਾ ਕਰਾਰ ਦੇ ਦਿੱਤਾ ਕਿ ਜਾਂਦਾ ਵੀ ਇਹ ਕਮਲਾ ਵਾ, ਕਮਲਾ ਕੁਮਲਾ ਕੋਈ ਨਹੀਂ ਹੁੰਦਾ ਹੈਗਾ। ਠੀਕ ਆ, ਉਹ ਸਿਰਫ ਇੱਕ ਸਾਜਿਸ਼ ਹੁੰਦੀ ਆ, ਸਾਜਿਸ਼ ਦੇ ਤਹਿਤ ਸਾਡੇ ਅਟੈਕ ਗੁਰੂ ਅਤੇ ਧਰਮ 'ਤੇ ਅਟੈਕ ਕੀਤਾ ਜਾਂਦਾ ਔਰ ਸਾਨੂੰ ਜਾਣੀ ਕਿ ਬਦਨਾਮ ਕੀਤਾ ਜਾਂਦਾ। ਗੁਰੂ ਦੇ ਅੰਗ ਪਹਿਲਾਂ ਵੀ ਪਾੜੇ ਗਏ ਆ ਨਾਲੀਆਂ ਦੇ ਵਿੱਚ, ਕਿੰਨਾ ਚਿਰ ਹੋ ਗਿਆ ਸਿੱਟੇ ਗਏ ਆ। ਠੀਕ ਆ, ਉਹਦੇ ਕਰਕੇ ਹੁਣ ਤੱਕ ਇਹ ਬੇਅਦਬੀਆਂ ਜਿਹੜੀਆਂ ਨਹੀਂ ਰੁਕਦੀਆਂ, ਇਹਦੇ 'ਤੇ ਹੁਣ ਸਖ਼ਤ ਕਾਰਵਾਈ ਕਰਨ ਦੀ ਕੋਸ਼ਿਸ਼ ਸਾਡੀ ਜਾਰੀ ਆ, ਕਿਉਂਕਿ ਇੱਕ ਅਸੀਂ ਉਹ ਆਪਣੀ ਬਾਈ ਆ ਟੀਮ ਬਣਾਈ ਆ, ਉਹ ਟੀਮ ਬਣਾਈ ਆ ਬੇਅਦਬੀਆਂ ਖਾਤਰ। ਜਿਹੜਾ ਬੰਦਾ ਬੇਅਦਬੀਆਂ ਕਰੂਗਾ ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਠੀਕ ਆ ਜੀ, ਜੇ ਉਹ ਐਕਣ ਹਟਣ ਨਹੀਂ ਹਟਣਗੇ ਬੇਅਦਬੀਆਂ ਕਰਨ, ਫਿਰ ਭਾਈ ਉਹਨਾਂ ਦੇ 'ਤੇ ਤੁਹਾਨੂੰ ਪਤਾ ਹੀ ਆ, ਸੋਧਾ ਤਾਂ ਫਿਰ ਲੱਗਣਾ ਹੀ ਲੱਗਣਾ ਵਾ। ਜਦੋਂ ਸੈਲਫ ਡਿਫੈਂਸ ਦੇ ਜਦ ਸਾਡੇ 'ਤੇ ਮਾਰਨ ਦੀ ਕੋਸ਼ਿਸ਼ ਕਰਨਗੇ, ਸਾਡੇ ਅੰਗ ਪਾਰਨ ਗੁਰੂ ਦੇ ਅੰਗ ਪਾਰਨ ਦੀ ਕੋਸ਼ਿਸ਼ ਕਰਨਗੇ, ਫਿਰ ਤੋਂ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਜਾਵੇ। ਗੁਰੂ ਤਾਂ ਸਾਡਾ ਜਿਉਂਦਾ ਵਾ, ਕਿਉਂਕਿ 11ਵਾਂ ਗੁਰੂ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ। ਜੇ ਉਹਦੇ 'ਤੇ ਪਿਓ 'ਤੇ ਕੋਈ ਅਟੈਕ ਕਰੇ ਤਾਂ ਬੱਚਾ ਕੀ ਕਰੂ, ਦੇਖਦਾ ਰਹੂਗਾ ਕਿਹੜਾ। ਠੀਕ ਆ ਕਿ ਨਹੀਂ?